ਮੋਰਨੀ ਆਪਣੇ ਯਾਰਾਂ ਦੋਸਤਾਂ ਨਾਲ ਇੰਜੋਏ ਕਰਨ ਤੇ ਇੱਧਰ ਸਾਡਾ ਵੀਰ ਜੀ ਹੈ ਹਰਵਿੰਦਰ ਸਿੰਘ ਕਾਲਾ ਤੇ ਇਹਨਾਂ ਦਾ ਸਟੂਡੀਓ ਹੈ ਆਪਣਾ ਸਿਮਰਨ ਸਟੂਡੀਓ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਅੱਜ ਚੱਲੇ ਹਾਂ ਦੇਖਦੇ ਹਾਂ ਇੰਜੋਏ ਕਰਦੇ ਹਾਂ ਹਾਂਜੀ ਦੱਸੋ ਕਾਲਾ ਜੀ ਇੰਜੋਏ ਕਰਾਂਗੇ ਠੀਕ ਹੈ ਜੀ ਹਾਂ ਬਹੁਤ ਫੁੱਲ ਇੰਜੋਏ ਕਰਾਂਗੇ ਜੀ ਫੁੱਲ ਨਹੀਂ ਬਣਾ ਜੀ ਨਿਊ ਫੋਟੋ ਬਣਾਉਣੀ ਪਏ ਨਿਊ ਕਰਕੇ ਕੱਢਦਾ ਨਹੀਂ ਮੇਰੀ ਬਾਤ ਸੁਣ ਨਾ ਸਮੇਂ ਬੰਦੇ ਨਹੀਂ ਵੜਨਾ ਤੂੰ ਭਾਜੀ ਲੱਖੀ ਨੂੰ ਸਮਝਾਇਆ ਕਰ ਯਾਰ ਕੁਛ ਕਹਿੰਦੇ ਘਰ ਤੇ ਆਏ ਗਏ ਯਾਰ ਫਿਰ ਹੋਰ ਯਾਰ 5-6 ਮਿੰਟ ਤਾਂ ਬਾਜੀ ਜਾਂਦੇ ਆ ਜੇ ਘਰ ਤੇ ਆਏ ਗਏ ਜਿਹੜਾ ਇਹ ਆ ਵੀ ਆਏ ਯਾਰ ਅੰਦਰ ਲਾ ਕੇ ਲੰਘੇ ਇੰਜੋਇਮੈਂਟ ਵੀ ਚਾਹੀਦੀ ਆ ਕੁਝ ਟਾਈਮ ਕਰਾਂਗੇ ਹੋਰ ਹਾਂਜੀ ਵੀਰ ਜੀ ਆ ਰਹੇ ਆ ਜੀ ਆ ਦੇਖੋ ਵਲੌਗ 'ਚ ਸਾਰੇ ਬੰਦੇ ਆ ਗਏ ਵਲੌਗ 'ਚ ਬਾਈ ਆ ਗਏ ਜੀ ਆ ਗਏ ਆ ਗਏ ਜੀ ਉਹ ਆ ਅੱਜ ਪੀਲੀ ਪੱਗ ਬੰਨੀ ਫਿਰ ਰਿਹਾ ਦੇਖ ਲਓ ਬੰਦਾ ਬਾਬਾ ਬਣਿਆ ਬਈ ਬਾਬਾ ਬਣਿਆ ਵਾ ਬਾਬੇ ਐਂ ਆ ਜੀ ਅਦਰਕ ਵਧੀਆ ਚੀਰੀ ਮੈਂ ਕਰਾ ਠੀਕ ਆ ਕਰੋ ਭਾਈ ਕਾਲੇ ਆ ਦੇਖ ਲੈ ਲਾਲ ਪੱਗ ਵਾਲਾ ਦੇਖ ਬਈ ਚੱਕੋ ਚੱਕੋ ਬੱਬੂ ਮਾਨ ਤੂੰ ਇੰਨਾ ਅਦਰਕ ਕਿਆ ਕਰਨਾ ਬੱਬੂ ਮਾਨ ਜੀ ਹੈਲੋ ਹਾਂ ਹਰਪ੍ਰੀਤ ਹਾਂਜੀ ਬਾਈ ਗਲਾਸ ਖਾਲੀ ਬਾਈ ਭਾਰੀ ਇਹਨਾਂ ਨੂੰ ਪਰੋ ਗਲਾਸ ਭਰੋ ਬਾਈ ਓਏ ਇੰਨਾ ਅਦਰਕ ਕਿਆ ਕਰਨਾ ਮਾਰਦਾ ਬਾਈ ਅੱਜ ਅਸੀਂ ਬਣਾ ਰਹੇ ਆ ਚਿਕਨ ਜਿੰਨਾ ਬਟਰ ਲਿਆ ਚਿਕਨ ਬਣਾਵਾਂਗੇ ਤੇ ਆਪਣਾ ਹੀ ਤਿਆਰ ਕਰ ਰਹੇ ਆ ਦੇਖੋ ਹੁਣ ਬਾਤ ਤਿਆਰੀ ਆ ਭਾਈ ਤੇਲ ਹੋ ਗਿਆ ਗਰਮ ਬੱਬੂ ਮਾਨ ਸਾਹਿਬ ਦੋ ਮਿੰਟ ਕਰ ਦਿਓ ਜੀ ਕਰ ਦਿਓ ਐਨਾ ਕਰੋ
ਆ ਜੀ ਕਿਹੋ ਜਿਹਾ ਟੂਰ ਬਹੁਤ ਵਧੀਆ ਜੀ ਬਹੁਤ ਵਧੀਆ ਕਾਲੇ ਬਾਈ ਨੇ ਨਜ਼ਾਰਾ ਦੇ ਦਿਆ ਅੱਛਾ ਫੁੱਲ ਕਿਉਂ ਕਾਲੇ ਨੇ ਕਾਲੇ ਬਾਈ ਠੀਕ ਰਹਿ ਗਏ ਬਾਈ ਜੀ ਐਨ ਸਵਾਦ ਆ ਗਿਆ ਬਾਈ ਜ਼ਿੰਦਗੀ ਦਾ ਐਨ ਬਿਲਕੁਲ ਬਿਲਕੁਲ ਓਕੇ ਰਿਪੋਰਟ ਆ ਜਾਂ ਹੁਣ